ਚੜ੍ਹਨ ਸਿੰਘ ਸੂਕਰ ਚੱਕੀਆ ਇਹ ਬੜਾ ਨਾਮੀ ਯੋਧਾ ਹੋਇਆ ਹੈ। ਸਰਦਾਰ ਨੌਧ ਸਿੰਘ ਦਾ ਪੁੱਤਰ ਚੜ੍ਹਤ ਸਿੰਘ ਜੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ। ਇਸ ਮਹਾਂਬਲੀ ਨੂੰ ਕਿਸੇ ਨੇ ਕਹਿ ਦਿੱਤਾ, ਤੂੰ ਜੋ ਕਹਿੰਦਾ ਸੀ ਚੜ੍ਹਤ ਸਿੰਘ ਜਿੱਥੇ ਅਬਦਾਲੀ ਹੋਏਗਾ ਮੈਂ ਜਾ ਕੇ ਦੇਖਾਂਗਾ, ਮੈਂ ਅਬਦਾਲੀ ਨਾਲ ਲੜਾਂਗਾ। ਚੌਪਈ ਸੋ ਸੁਣ ਚੜ੍ਹਤ ਸਿੰਘ ਗੁੱਸਾ ਖਾਇਆ। ਇਹ ਸੁਣ ਕੇ ਸਿੰਘ ਬਾਬਾ ਚੜ੍ਹਤ ਸਿੰਘ ਜੀ ਨੂੰ ਵੀਰ ਰਸ ਜਾਗ ਪਿਆ। ਅਹਿਮਦ ਸ਼ਾਹ ਵੱਲ ਘੋੜੋ ਚਲਾਇਆ। ਬੜਾ ਦਲੇਰ ਸੀ ਚੜ੍ਹਤ ਸਿੰਘ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਲੱਭਣ ਤੁਰ ਪਿਆ। ਲੱਭਿਓ ਨਾ ਟੋਲ ਸੋ ਰਹੋ ਦੂਰ। ਅਬਦਾਲੀ ਦੇ ਦਲ ਵਿੱਚ ਜਾ ਕੇ ਲੱਭਦਾ ਫਿਰਦਾ ਕਿ ਅਬਦਾਲੀ ਲੱਭ ਜਾਵੇ ਤੇ ਮੈਂ ਝਟਕਦਿਆਂ ਨੂੰ ਮੁਕਾਬਲਾ ਕਰਾਂ ਉਹਦੇ ਨਾਲ, ਪਰ ਅਬਦਾਲੀ ਬਹੁਤ ਪਿੱਛੇ ਸੀ। ਅਬਦਾਲੀ ਡਰਦਾ ਮਾਰਾ ਸਿੰਘਾਂ ਦੇ ਨੇੜੇ ਨਹੀਂ ਸੀ ਆਉਂਦਾ। ਜਿਸੇ ਨਾ ਦੂਰੋਂ ਉੱਡ ਰਹੀ ਧੂੜ, ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜੀ ਹੋਈ ਸੀ, ਦੂਰ ਤੱਕ ਦਿਸਦਾ ਕੁਝ ਵੀ ਨਹੀਂ ਸੀ। ਫਿਰ ਸਿੰਘ ਟੋਲ ਮੁੜ ਵੜਿਓ ਬਹੀਰ। ਏਦਾਂ ਇੱਕ ਗੇੜਾ ਲਾ ਕੇ ਅਬਦਾਲੀ ਦੇ ਬਹੀਰ ਤੱਕ, ਅਬਦਾਲੀ ਦੇ ਦਲ ਵਿੱਚ ਲੱਭ ਲੱਭ ਕੇ ਚੜ੍ਹਤ ਸਿੰਘ ਫਿਰ ਵਾਪਸ ਸਿੰਘਾਂ ਚ ਆ ਰਲਿਆ। ਤੇਗ ਮਾਰ ਕੱਟੈ ਗਿਲਜੇ ਚੀਰ। ਜਦੋਂ ਤਲਵਾਰ ਮਾਰਦਾ ਸੀ ਨਾ ਚੜ੍ਹਤ ਸਿੰਘ ਭਰਮੀ, ਤੇ ਕਹਿੰਦੇ ਦੁਸ਼ਮਣ ਨੂੰ ਚੀਰ ਕੇ ਸੁੱਟ ਦਿੰਦਾ ਸੀ, ਦੂਜਾ ਵਾਰ ਨਹੀਂ ਸੀ ਕਰਨ ਦੀ ਲੋੜ ਪੈਂਦੀ, ਇੱਕੋ ਵਾਰ ਨਾਲ ਹੀ ਝਟਕ ਦਿੰਦਾ ਸੀ। ਮਾਰਤ ਤੇ ਗਯੋ ਹੱਥ ਥਾਕ। ਕਹਿੰਦੇ ਤੇਗਾ ਮਾਰ 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 ਕੇ ਚੜ੍ਹਤ ਸਿੰਘ ਦਾ ਹੱਥ ਵੀ ਹੰਬ ਗਿਆ, ਥੱਕ ਗਿਆ। ਉਹ ਸਿੰਘ ਜੀ ਲਿਓ ਨੇਜੋ ਚਾਕ। ਤਾਂ ਹੁਣ ਸਿੰਘ ਜੀ ਨੇ ਨੇਜਾ ਫੜ ਲਿਆ, ਬਰਛਾ ਫੜ ਲਿਆ। ਮਾਰਤ ਨੇਜਨ ਫਲ ਟੁੱਟ ਗਯੋ। ਤੇ ਨੇਜੇ ਮਾਰਦੇ ਮਾਰਦੇ ਦਾ ਨੇਜਾ ਵੀ ਟੁੱਟ ਗਿਆ, ਫਲ ਟੁੱਟ ਗਿਆ ਨੇਜੇ ਦਾ। ਫਿਰ ਸਿੰਘ ਹੱਥ ਰਾਮ ਜੰਗੋ ਲਿਓ। ਫਿਰ ਬਾਬੇ ਚੜ੍ਹਤ ਸਿੰਘ ਨੇ ਹੱਥ ਚ ਬੰਦੂਕ ਫੜ ਲਈ। ਥੱਕਿਓ ਘੋੜੋ ਤਬ ਔਰ ਬਦਲਾਇਓ। ਜੇ ਘੋੜਾ ਉਹਦਾ ਥੱਕ ਗਿਆ ਤੇ ਉਹਨੇ ਘੋੜਾ ਬਦਲ ਲਿਆ, ਦੂਜੇ ਘੋੜੇ ਤੇ ਸਵਾਰ ਹੋ ਗਿਆ। ਲੱਗਿਓ ਜ਼ਖਮ ਖੜ ਸਿੰਘ ਬੰਦਾਇਓ। ਜਿੰਨੇ ਜ਼ਖਮ ਲੱਗ ਰਹੇ ਸਨ ਖਲੋ ਕੇ ਆਪਣੇ ਪੱਗ ਪਾੜ ਕੇ ਜਾਂ ਕੱਪੜੇ ਪਾੜ ਕੇ ਬੰਨ ਲੈਂਦਾ ਸੀ ਤੇ ਲੜੀ ਜਾਂਦਾ ਸੀ। ਲਈ ਫੋ ਸਭ ਆਪਣੀ ਸਾਥ। ਆਪਣੇ ਸੁੱਕਰ ਚੱਕੀਆਂ ਦੀ ਮਿਸਲ ਦੇ ਸਿੰਘ ਨਾਲ ਲੈ ਕੇ। ਬਹੁਤ ਗਿਲਜਣ ਸਿਰ ਮਾਰੇ ਹੱਥ। ਬੜੇ ਗਿਲਜਿਆਂ ਦੇ ਸਿਰ ਤੇ ਤੇਗਾਂ ਬੰਨਦਾ ਸੀ, ਬਹੁਤਿਆਂ ਨੂੰ ਮਾਰਦਾ ਸੀ ਪਠਾਣਾ ਨੂੰ। ਜਹਾਂ ਭੀੜ ਬਹੁ ਪਰੇ ਭੀੜ। ਜਿੱਥੇ ਸਿੰਘਾਂ ਦੇ ਜ਼ਿਆਦੀ ਮੁਸੀਬਤ ਪੈਂਦੀ ਸੀ, ਬੱਚਿਆਂ ਬੁੱਢਿਆਂ ਨੂੰ ਖਾਸ ਕਰਕੇ ਅਬਦਾਲੀ ਪੈਂਦਾ ਸੀ, ਉੱਥੇ ਜਾ ਕੇ ਚੜ੍ਹਤ ਸਿੰਘ ਹੀ ਅਬਦਾਲੀ ਨੂੰ ਰੋਕਦਾ ਸੀ। ਆਪ ਟਹਿ ਤੈ ਸਿੰਘ ਸਰੀਰ। ਉੱਥੇ ਅਬਦਾਲੀ ਦੀਆਂ ਫੌਜਾਂ ਦੇ ਸਾਹਮਣੇ ਚੜ੍ਹਤ ਸਿੰਘ ਸੂਕਰ ਚੱਕੀਆ ਆਪਣੀ ਜਾਨ ਡਾਹ ਕੇ ਲੜਦਾ ਸੀ। ਦੋਹਰਾ ਬਹੁ ਗਿਲਜਨ ਕੋ ਮਾਰ ਕੇ ਬਹੁ ਸਿੰਘਨ ਲੈ ਬਚਾਏ। ਬਹੁਤ ਸਾਰੇ ਗਿਲਜੇ ਪਠਾਣ ਮਾਰੇ ਜਾ ਰਹੇ ਸਨ, ਸਿੰਘ ਵੀ ਸ਼ਹੀਦੀਆਂ ਪਾ ਰਹੇ ਸਨ, ਪਰ ਚੜ੍ਹਤ ਸਿੰਘ ਸੂਕਰ ਚੱਕੀਆ, ਜੱਸਾ ਸਿੰਘ ਆਲੂਵਾਲੀਆ, ਜੈ ਸਿੰਘ ਕਨਹੱਈਆ, ਇਸੇ ਤਰ੍ਹਾਂ ਸਾਰੀਆਂ ਹੀ ਮਿਸਲਾਂ ਦੇ ਸਿੰਘ ਬੜੀ ਬਹਾਦਰੀ ਨਾਲ ਆਪਣੀ ਫੌਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗਿਲਜਣ ਕੇ ਘੋੜੋ ਲੱਭੈ ਪਿਆ ਦਾਨ ਤੁਰੈ ਚੜਾਏ। ਜਿੱਥੇ ਕਿਤੇ ਅਬਦਾਲੀ ਦੇ ਸਿਪਾਹੀ ਦਾ ਘੋੜਾ ਮਿਲਦਾ ਸੀ ਖੋਹ ਲੈਂਦੇ ਸੀ, ਉਹਨੂੰ ਮਾਰ ਕੇ ਉਹਦਾ ਘੋੜਾ ਖੋਹ ਕੇ ਉਹਦੇ ਉੱਤੇ ਆਪਣੀ ਫੌਜ ਦਾ ਕੋਈ ਸਿੰਘ ਬਿਠਾ ਲੈਂਦੇ ਸੀ ਤਾਂ ਕਿ ਜੇ ਛੇਤੀ ਤੋਂ ਛੇਤੀ ਇਸ ਘੇਰੇ ਚੋਂ ਨਿਕਲ ਜਾਈਏ। ਚੌਪਈ ਚੜ੍ਹ ਸਿੰਘ ਸਾਧਨਾ ਕਿਸ ਤੇ ਹੋਏ। ਕਹਿੰਦੇ ਚੜ੍ਹਤ ਸਿੰਘ ਇੰਨਾ ਫੁਰਤੀਲਾ ਸੀ,
ਉਹਦਾ ਸਾਥ ਹਰ ਕੋਈ ਨਹੀਂ ਸੀ ਦੇ ਸਕਦਾ। ਜਿਉਂ ਲਲਕਾਰੇ ਤੈਂ ਜਾਇ ਸੋਏ, ਜਿੱਥੇ ਅਬਦਾਲੀ ਲਲਕਾਰਦਾ ਸੀ ਉੱਥੇ ਹੀ ਜਾ ਕੇ ਚੜ੍ਹਤ ਸਿੰਘ ਗੱਜਦਾ ਸੀ, ਬਹੀਰੇ ਨਾ ਛੋਟੇ ਖੜ ਤੂੰ ਲੜੈ। ਬਾਬਾ ਚੜ੍ਹਤ ਸਿੰਘ ਬਹੀਰ ਦਾ ਖਹਿੜਾ ਨਹੀਂ ਸੀ ਛੱਡ ਰਿਹਾ, ਉਹਨੂੰ ਸੀਗਾ ਕਿ ਜੇ ਅਸੀਂ ਬਹੀਰ ਤੋਂ ਪਰੇ ਹੋ ਗਏ ਤੇ ਸਾਡਾ ਬਹੀਰ ਮਾਰਿਆ ਜਾਵੇਗਾ। ਤੁਰੇ ਅੱਗੇ ਕਬ ਪਿੱਛੇ ਮੁੜੈ, ਕਦੀ ਸਿੰਘ ਅਗਾਂਹ ਤੁਰ ਪੈਂਦੇ ਸਨ, ਮੀਲ ਦੋ ਮੀਲ ਮਸੀਂ ਜਾਂਦੇ ਸਨ, ਫਿਰ ਪਿੱਛੇ ਮੁੜਨਾ ਪੈਂਦਾ ਸੀ, ਅਬਦਾਲੀ ਦੀ ਫੌਜ ਫਿਰ ਆ ਜਾਂਦੀ ਸੀ ਪਿੱਛੋਂ ਦੀ। ਫੌਜ ਛੱਡ ਕਬ ਇਕਲ ਤਾਵੇਂ, ਕਦੀ ਫੌਜ ਛੱਡ ਕੇ ਇਕੱਲੇ ਜਾ ਕੇ ਪੈ ਜਾਂਦੇ ਸਨ। ਮਾਰ ਗਿਲਜਨ ਫਿਰ ਫੌਜੇ ਆਵੇਂ, ਮਾਰ ਕੇ ਗਿਲਜਿਆਂ ਨੂੰ ਸਿੰਘ ਵਾਪਸ ਆਪਣੀ ਫੌਜ ਮੁੜ ਵੀ ਆਉਂਦੇ ਸਨ, ਬੜੇ ਦਲੇਰ ਸਨ। ਉਸ ਵੇਲੇ ਸਿੰਘਾਂ ਨੇ ਇਹ ਤਾਂ ਸੋਚਿਆ ਹੋਇਆ ਸੀ ਵੀ ਹੁਣ ਮਰਨਾ ਹੀ ਮਰਨਾ ਹੈ, ਘੱਟੋ ਘੱਟ ਸਾਡੇ ਪਰਿਵਾਰ ਤਾਂ ਬਚ ਜਾਣ, ਬੀਬੀਆਂ ਤੇ ਬੱਚੇ ਭੈਣਾਂ ਮਾਈਆਂ ਉਹ ਤਾਂ ਬਚ ਕੇ ਆਪਣੇ ਕਿਸੇ ਟਿਕਾਣੇ ਲੱਗ ਜਾਣ। ਪਰ ਫਿਰ ਵੀ ਸਿੰਘਾਂ ਦਾ ਚਾਰਾ ਨਹੀਂ ਸੀ ਚੱਲ ਰਿਹਾ, ਬੱਚੇ ਬੀਬੀਆਂ ਬੁੱਢੇ ਉਸ ਲੜਾਈ 'ਚ ਸਿੱਖਾਂ ਦੇ ਮਰ ਰਹੇ ਸਨ, ਸ਼ਹੀਦ ਹੋ ਰਹੇ ਸਨ। ਨਿਜੈ ਫੌਜ ਪਰ ਜੋਖਮ ਖਾਵੇ, ਬਾਬਾ ਚੜ੍ਹਤ ਸਿੰਘ, ਜੱਸਾ ਸਿੰਘ, ਸਾਰੇ ਸਿੰਘ ਬੜੇ ਜੋਖਮ ਉਠਾ ਕੇ ਬਹੀਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਸਨ। ਫਟੇ ਗਿਰੇ ਕਿਸ ਵੇਲੇ ਪਾਵੇ, ਕਿਸੇ ਥਾਂ ਤੇ ਫਟ ਕੇ ਜ਼ਖਮੀ ਹੋ ਕੇ ਸਿੰਘ ਡਿੱਗਦੇ, ਕਿਤੇ ਸ਼ਹੀਦ ਹੋ ਜਾਂਦੇ। ਜਿਹੜੇ ਜ਼ਖਮੀ ਹੁੰਦੇ ਉਹਨਾਂ ਨੂੰ ਚੁੱਕ ਚੁੱਕ ਕੇ ਅਗਲੇ ਪਾਸੇ ਪਹੁੰਚਾਉਣ ਦਾ ਕੰਮ ਵੀ ਬੜਾ ਜ਼ਰੂਰੀ ਸੀ, ਉਹ ਵੀ ਕਰਦੇ ਸਨ, ਸਿੰਘ ਮਦਦ ਕਰਦੇ ਸਨ, ਲੱਗਦੇ ਵਸ ਜ਼ਖਮੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਨ। ਕਈਆਂ ਕੋ ਕਹੇ ਅੱਗੇ ਚਲਾਵੇ, ਕਈਆਂ ਬਜ਼ੁਰਗਾਂ ਨੂੰ ਬੀਬੀਆਂ ਨੂੰ ਬਾਹ ਫੜ ਕੇ, ਚਲੋ ਵੀ ਦੌੜੋ ਅੱਗੇ, ਦੌੜੋ ਤੁਸੀਂ, ਨਿਕਲੋ ਛੇਤੀ, ਤਗੜੇ ਹੋਵੋ, ਹੌਸਲਾ ਦੇ ਕੇ ਉਹਨਾਂ ਨੂੰ ਤੋਰਦੇ ਸਨ। ਕਈਆਂ ਕੋ ਨਿਜ ਕੋਤਲ ਚਲਾਵੇ, ਕਈਆਂ ਨੂੰ ਪੈਦਲ ਤਲਾਲ ਨਾਲ ਤੋਰ ਲੈਂਦੇ ਸਨ, ਤੇ ਕਈਆਂ ਨੂੰ ਆਪਣੇ ਕੋਲ ਜੇ ਘੋੜੇ ਵਾਧੂ ਹੋ ਜਾਣ ਤੁਰਕਾਂ ਦੇ ਖੋਏ ਹੋਏ ਤੇ ਉਹ ਵੀ ਦੇ ਦਿੰਦੇ ਸਨ ਮਾਈਆਂ ਬੀਬੀਆਂ ਬੱਚਿਆਂ ਨੂੰ ਵੀ ਘੋੜਿਆਂ ਤੇ ਬਹਿ ਕੇ ਨਿਕਲ ਜਾਓ ਅੱਗੇ। ਬਹੀਰੀਆਂ ਕਰੇ ਨਿਭਾਏ, ਇਸ ਤਰ੍ਹਾਂ ਬਹੀਰ ਦਾ ਨਿਭਾ ਸਿੰਘ ਕਰ ਰਹੇ ਸਨ ਵੀ ਬਹੀਰ ਬਚ ਜਾਵੇ। ਬਹੁਤ ਲੋਕ ਇਮਦੈ ਬਚਾਏ, ਇਸ ਤਰ੍ਹਾਂ ਬਹੁਤ ਸਾਰੇ ਲੋਕ ਸਿੱਖਾਂ ਨੇ ਬਚਾਏ ਵੀ, ਯਾਨੀ ਬਹੁਤ ਸਾਰੀਆਂ ਬੀਬੀਆਂ ਬੱਚੇ ਬੁੱਢੇ, ਉਹ ਚੜ੍ਹਤ ਸਿੰਘ ਨੇ, ਜੱਸਾ ਸਿੰਘ ਨੇ, ਜੈ ਸਿੰਘ ਨੇ ਕੋਸ਼ਿਸ਼ ਕਰਕੇ ਬਚਾਏ ਹਨ। ਦੌੜ ਗਿਲਜਨ ਪਰ ਯੂੰ ਸਿੰਘ ਕਰੈ, ਫਿਰ ਵੀ ਸਿੰਘ ਲੜ ਵੀ ਰਹੇ ਸਨ, ਬੱਚੇ ਵੀ ਬਚਾਉਣੇ, ਸਾਰੇ ਪਾਸੇ ਜ਼ਿੰਮੇਵਾਰੀ ਵਾਲਾ ਕੰਮ ਸੀਗਾ। ਅਸਲਾ ਵੀ ਇੰਨਾ ਨਹੀਂ ਸੀ ਜਿੰਨਾ ਅਬਦਾਲੀ ਦੇ ਕੋਲ ਅਸਲਾ ਸੀ, ਉਹਨਾਂ ਦੀਆਂ ਹੀ ਬੰਦੂਕਾਂ ਖੋਹ ਕੇ ਕਈ ਵਾਰੀ ਚਲਾਉਣੀਆਂ ਪੈਂਦੀਆਂ ਸਨ, ਤੇ ਇਸ ਤਰ੍ਹਾਂ ਸਿੰਘ ਲੜ ਰਹੇ ਸਨ ਦੌੜ ਦੌੜ ਕੇ। ਜਨ ਕੁੰਜਨ ਪੈ ਬਹਿਰੀ ਪਰੈ, ਜਿਵੇਂ ਕੁੰਜਾਂ ਦੇ ਉੱਤੇ ਬਾਜ ਪੈਂਦਾ, ਸਿੰਘ ਫਿਰ ਗੁੱਸਾ ਖਾ ਕੇ ਅਬਦਾਲੀ ਨੂੰ ਇਉਂ ਪੈਂਦੇ ਸਨ, ਕਿਸੇ ਇੱਕ ਕਿਸ ਦੋਏ ਸੱਟ ਲਾਵੇ, ਕਿਸੇ ਨੂੰ ਇੱਕ ਕਿਸੇ ਨੂੰ ਦੋ ਸੱਟਾਂ ਮਾਰਦੇ ਸਨ। ਇੱਤ ਤੇ ਉੱਤ, ਉੱਤ ਤੇ ਇੱਤ ਦਾਵੇ, ਇੱਧਰੋਂ ਉੱਧਰ, ਉੱਧਰੋਂ ਇੱਧਰ ਸਿੰਘ ਦੌੜੇ ਫਿਰਦੇ ਸਨ। ਮੀਲਾਂ ਦੇ ਵਿੱਚ ਸਿੰਘਾਂ ਦੇ ਘੋੜੇ ਤੇ ਅਬਦਾਲੀ ਦੇ ਘੋੜੇ ਦੌੜ ਰਹੇ ਸਨ। ਦੋਹਰਾ ਗੰਗੇਰੀ ਜਿਮ ਘੋੜੇ ਘੁੰਮੇ, ਵੜ ਬਿਜੁਲ ਜਿਮ ਦਲ ਆਪ, ਜਿਵੇਂ ਗੰਗੇਰੀ ਘੁੰਮਦੀ ਹੈ ਨਾ, ਏਦਾਂ ਘੋੜੇ ਘੁੰਮਦੇ ਸਨ ਤੇ ਏਦਾਂ ਦੌੜ ਕੇ ਦੂਜੇ ਪਾਸੇ ਦਰਸ਼ਨ ਹੋ ਜਾਂਦੇ ਸਿੰਘਾਂ ਦੇ, ਜਿਵੇਂ ਬਿਜਲੀ ਇਧਰੋਂ ਉਧਰ ਜਾ ਲਿਸ਼ਕਦੀ ਹੈ। ਚੜ ਸਿੰਘ ਗਿਲਜਨ ਇਮ ਕਟੈ ਪੁਨ ਕਟੈ ਜਿਮ ਪਾਪ, ਭਾਈ ਰਤਨ ਸਿੰਘ ਜੀ ਕਹਿੰਦੇ ਚੜ੍ਹਤ ਸਿੰਘ ਗਿਲਜਿਆਂ ਨੂੰ ਇੰਜ ਕੱਟ ਰਿਹਾ ਸੀ ਜਿਵੇਂ ਪੁਨ ਪਾਪਾਂ ਨੂੰ ਕੱਟ ਦਿੰਦੇ ਹਨ। ਚੌਪਈ ਬਹੀਰ ਛੱਡ ਸਿੰਘ ਤੂਰ ਨਾ ਜਾਵੇ, ਸਾਧ ਸਿੰਘ ਜੀ ਬਹੀਰ ਨੂੰ ਛੱਡ ਕੇ, ਬਾਬਾ ਚੜ੍ਹਤ ਸਿੰਘ ਜੀ ਦੂਰ ਨਹੀਂ ਸੀ ਜਾਂਦੇ, ਆਪ ਤੇ ਔਰ ਬਹੀਰ ਬਚਾਵੇ, ਆਪ
ਆਪਣੀ ਫੌਜ ਨੂੰ ਤੇ ਆਪਣੀ ਵਹੀਰ ਨੂੰ ਬਚਾਉਂਦੇ ਸਨ। ਲਹੂ ਰੰਗ ਸਭ ਕੱਪੜੇ ਪੈ, ਬਾਬੇ ਚੜ੍ਹਤ ਸਿੰਘ ਦੇ ਸਾਰੇ ਕੱਪੜੇ ਲਹੂ ਨਾਲ ਲਾਲ ਹੋ ਗਏ, ਸਾਰਾ ਸਰੀਰ ਲਹੂ ਲੁਹਾਣ ਹੋ ਗਿਆ। 19 ਫੱਟ ਥੋੜੇ ਨਹੀਂ ਹੁੰਦੇ, 19 ਫੱਟ ਚੜ੍ਹਤ ਸਿੰਘ ਨੂੰ ਵੱਜੇ ਸਨ ਉਸ ਲੜਾਈ ਦੇ ਵਿੱਚ। ਹਾਂਜੀ, ਖੇਲ ਫਾਗ ਜਨ ਰੰਗ ਰੰਗੇ, ਔਰ ਕਹਿੰਦੇ ਕੱਪੜੇ ਲਹੂ ਨਾਲ ਲੁਹਾਣ ਲਾਲੋ ਲਾਲ ਸਾਰੇ ਸਿੰਘਾਂ ਦੇ ਸਨ। ਜਿਵੇਂ ਚੰਡੀ ਦੀ ਵਾਰ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦੇ ਬਚਨ ਲਿਖੇ ਹੋਏ ਨੇ, ਜਿਹੜੇ ਸਿੰਘ ਚੰਡੀ ਦੀ ਵਾਰ ਦਾ ਨਿਤਨੇਮ ਕਰਦੇ ਉਹ ਪੜ੍ਹਦੇ ਹੋਣਗੇ ਕਿ ਫੁੱਲ ਖਿੜੇ ਜਨ ਬਾਗੀ ਬਾਣੇ ਯੋਧਿਆਂ, ਯੋਧਿਆਂ ਦੇ ਬਾਣੇ ਏਦਾਂ ਹੋ ਗਏ ਜਿਵੇਂ ਬਾਗਾਂ 'ਚ ਰੰਗ ਬਿਰੰਗੇ ਫੁੱਲ ਖਿੜੇ ਹੁੰਦੇ ਹਨ। ਪੰਜ ਘੋੜੇ ਨਿਜ ਕੋਤਲ ਰਖਾਏ, ਚੜ੍ਹਤ ਸਿੰਘ ਨੇ ਕੋਤਲ 5 ਘੋੜੇ ਰੱਖੇ ਹੋਏ ਸਨ ਆਪਣੇ ਵਾਸਤੇ। ਕੋਤਲ ਘੋੜਾ ਉਹ ਹੁੰਦਾ ਜਿਹਦੇ 'ਤੇ ਕਾਠੀ ਪਈ ਹੈ ਪਰ ਉੱਤੇ ਕੋਈ ਨਹੀਂ ਬੈਠਿਆ, ਨਾਲ ਨਾਲ ਦੌੜੇ ਜਾਂਦੇ ਆ। 5 ਘੋੜੇ ਉਹਨੇ ਸਪੈਸ਼ਲ ਰੱਖੇ ਸਨ ਵੀ ਘੋੜਾ ਥੱਕ ਜਾਵੇ, ਡਿੱਗ ਪਵੇ, ਮਰ ਜਾਵੇ ਤਾਂ ਜਥੇਦਾਰ ਨੂੰ ਤਾਂ ਬਹੁਤ ਜ਼ਰੂਰੀ ਹੈ ਨਾ, ਉਹਨੇ ਸਾਰਾ ਪਾਸਾ ਸਾਂਭਣਾ। ਇਸ ਕਰਕੇ 5 ਘੋੜੇ ਕੋਤਲ ਚੜ੍ਹਤ ਸਿੰਘ ਦੇ ਨਾਲ ਜਾ ਰਹੇ ਸਨ। ਛੋੜੇ ਕੋ ਔਰ ਚੜ੍ਹਤਾਏ, ਜੇ ਘੋੜਾ ਮਾੜਾ ਜਿਹਾ ਥੱਕਦਾ ਸੀ ਮਾਰ ਕਿਸ਼ਾਲ ਦੂਜੇ ਘੋੜੇ 'ਤੇ, ਉਹ ਘੋੜਾ ਜ਼ਖਮੀ ਹੋ ਜਾਵੇ ਜਾਂ ਸੱਟ ਲੱਗ ਜਾਵੇ ਤਾਂ ਤੀਜੇ ਘੋੜੇ 'ਤੇ, ਫਿਰ ਜੇ ਲੋੜ ਪਵੇ ਅਬਦਾਲੀ ਦੀ ਫੌਜ ਦੇ ਘੋੜੇ ਵੀ ਖੋਹ ਲੈਂਦਾ ਸੀ। ਹਾਂਜੀ, ਸ਼ਸਤਰ ਚੜ੍ਹ ਸਿੰਘ ਬਹੁਤੇ ਖਾਏ, ਚੜ੍ਹਤ ਸਿੰਘ ਨੇ ਬੜੇ ਸੱਟ ਸ਼ਸਤਰ ਖਾਧੇ, ਬੜੀਆਂ ਸੱਟਾਂ ਖਾਧੀਆਂ। ਦੇਖ ਨਾ ਉਧਰੇ ਫਿਰ ਲੜਾਏ, ਪਰ ਲੜਾਈ ਤੋਂ ਉਧਰਦਾ ਨਹੀਂ ਸੀ, ਲੜਾਈ ਤੋਂ ਘਬਰਾਉਂਦਾ ਨਹੀਂ ਸੀ, ਸੱਟਾਂ ਖਾ ਕੇ ਵੀ ਫਿਰ ਲੜਨ ਚਲਾ ਜਾਂਦਾ ਸੀ ਅਬਦਾਲੀ ਦੇ ਵੱਲ। ਅੱਗੇ ਹੋਏ ਹੋਏ ਬੰਦੂਕ ਚਲਾਏ, ਅੱਗੇ ਹੋ ਕੇ ਬੰਦੂਕ ਚਲਾਉਂਦਾ ਸੀ, ਬੰਦੂਕ 'ਚ ਹੀ ਬੜੇ ਕੰਮ ਦਾ ਸੀ, ਨਿਸ਼ਾਨਾ ਬਹੁਤ ਦੂਰ ਤੇ ਗੋਲੀ ਜਾਂਦੀ ਸੀ ਉਹਦੀ। ਇੱਕੋ ਮਾਰ ਦੋਵੇ ਤਨ ਲਾਏ, ਉਹਦੀਆਂ ਗੋਲੀਆਂ ਉਹਦੇ ਤੀਰ ਦੁਸ਼ਮਣ ਦੇ ਵਿੱਚੋਂ ਪਾਰ ਲੰਘਦੇ, ਇੱਕ 'ਚੋਂ ਦੋ 'ਚੋਂ। ਹਾਂਜੀ, ਵਹ ਬੰਦੂਕ ਜਬ ਖਾਲੀ ਹੋਏ, ਇੱਕ ਬੰਦੂਕ ਖਾਲੀ ਹੋ ਜਾਂਦੀ ਸੀ ਤੇ ਨਾਲ ਭਰ ਕੇ ਦੇਣ ਵਾਲਾ ਦੂਜਾ ਸਿੰਘ ਫਟਾਫਟ ਬੰਦੂਕ ਭਰ ਕੇ ਦਿੰਦਾ ਸੀ ਤੇ ਉਹ ਦੂਜੀ ਚਲਾ ਦਿੰਦਾ ਸੀ। ਹਾਂਜੀ, ਲੈ ਔਰ ਕੇ ਹੱਥ ਤੇ ਖੋਹੇ, ਅਬਦਾਲੀ ਦੀਆਂ ਫੌਜਾਂ ਕੋਲੋਂ ਵੀ ਬੰਦੂਕਾਂ ਖੋਹ ਲੈਂਦਾ ਸੀ ਜੇ ਲੋੜ ਪੈਂਦੀ ਸੀ ਵੀ ਨਿਸ਼ਾਨੇ ਦੇ ਕੋਈ ਵੱਡਾ ਅਫਸਰ ਆ ਗਿਆ ਤਾਂ ਸਿੰਘ ਦੂਜੇ ਦੀ ਬੰਦੂਕ ਖੋਹ ਕੇ ਵੀ ਚਲਾ ਦਿੰਦਾ ਸੀ ਵੀ ਦੁਸ਼ਮਣ ਕਿਤੇ ਸੁੱਕਾ ਨਾ ਚਲਾ ਜਾਵੇ। ਬੰਦੂਕੀ ਦਲ ਮੈਂ ਅਡਾਈ ਬਤਾਵੈ, ਇਹ ਬੰਦੂਕੀ ਦਲ ਦੇ ਵਿੱਚ ਬਾਬਾ ਚੜ੍ਹਤ ਸਿੰਘ ਦਾ ਪਹਿਲਾ ਨੰਬਰ ਸੀ, ਬੰਦੂਕ ਦੇ ਨਾਲ ਉਹ ਕਿਸੇ ਨੂੰ ਵੀ ਸੁੱਕਾ ਨਹੀਂ ਸੀ ਜਾਣ ਦਿੰਦਾ। ਇੱਕ ਚੜ੍ਹ ਸਿੰਘ ਦੂਓ ਸਭ ਦਲ ਅਗਾਵੈ, ਇੱਕ ਚੜ੍ਹਤ ਸਿੰਘ ਸੀ ਤੇ ਦੂਜਾ ਦਲ ਸਾਰੀ ਫੌਜ ਸੀ, ਇੰਨੀ ਉਹਦੀ ਬੰਦੂਕ ਦੀ। ਕਹਿੰਦੇ ਬੰਦੂਕੀ ਦਲ ਮੈਂ ਢਾਈ ਮੰਨੇ ਜਾਂਦੇ ਸਨ ਬੰਦੂਕੀਆਂ ਬੰਦੂਕ ਚ। ਹਾਂਜੀ, ਔਰ ਬੰਦੂਕੀ ਬੜੋ ਅਖਾਵੈ, ਕਹਿੰਦੇ ਕੱਲਾ ਚੜ੍ਹਤ ਸਿੰਘ ਪੂਰੀ ਫੌਜ ਦੇ ਬਰਾਬਰ ਨਿਸ਼ਾਨ ਚ ਮੰਨਿਆ ਜਾਂਦਾ ਸੀ ਔਰ ਵੱਡਾ ਬੰਦੂਕ ਚ ਸੀ। ਚੜ੍ਹ ਸਿੰਘ ਆਗੇ ਅੰਦੋਂ ਬਤਾਵੈ, ਜਿਹੜਾ ਕੋਈ ਤਗੜੇ ਤੋਂ ਤਗੜਾ ਬੰਦੂਕ ਚ ਹੋਵੇ ਉਹਨੂੰ ਚੜ੍ਹਤ ਸਿੰਘ ਦੇ ਸਾਹਮਣੇ ਅੱਧਾ ਬੰਦੂਕ ਚ ਮੰਨਿਆ ਜਾਂਦਾ ਸੀ। ਦੋਹਰਾ ਬੰਦੂਕ ਸਰਦਾਰ ਚੜ੍ਹ ਸਿੰਘ ਕੀਓ ਜਗ ਮੈਂ ਮਸ਼ਹੂਰ, ਭਾਈ ਰਤਨ ਸਿੰਘ ਜੀ ਕਹਿੰਦੇ ਚੜ੍ਹਤ ਸਿੰਘ ਦੀ ਬੰਦੂਕ ਮਸ਼ਹੂਰ ਹੋਈ ਹੈ ਜਗਤ ਦੇ ਵਿੱਚ। ਅਬਦਾਲੀ ਨੇ ਵੀ ਜਿਹੜਾ ਕਾਜੀ ਨੂਰ ਮੁਹੰਮਦ ਹੋਇਆ, ਕਾਜੀ ਨੂਰ ਮੁਹੰਮਦ ਅਬਦਾਲੀ ਦੇ ਇਸੇ ਜੰਗ ਵਿੱਚ ਨਾਲ ਆਇਆ ਸੀਗਾ। ਉਹਨੇ ਜਦੋਂ ਵਾਪਸ ਗਏ ਅਫਗਾਨਿਸਤਾਨ ਨੂੰ ਜੰਗਨਾਮਾ ਲਿਖਿਆ ਫਾਰਸੀ ਵਿੱਚ, ਉਹਨੇ ਕੁਝ ਗੱਲਾਂ ਲਿਖੀਆਂ। ਉਹਨੇ ਲਿਖਿਆ ਇੱਕ ਤਾਂ ਇਹਨਾਂ ਸਿੱਖਾਂ ਵਿੱਚ ਜੱਸਾ ਕਲਾਲ ਹੈ, ਬਾਬਾ ਜੱਸਾ ਸਿੰਘ ਜੀ ਦਾ ਨਾਮ ਉਹਨੇ ਲਿਖਿਆ, ਇੱਕ ਤਾਂ ਇਹਨਾਂ ਵਿੱਚ ਜੱਸਾ ਕਲਾਲ। ਕਲਾਲ ਇੱਕ ਬਰਾਦਰੀ ਹੁੰਦੀ ਹੈ ਜਿਨ੍ਹਾਂ ਦਾ ਕੰਮ ਹੁੰਦਾ ਸ਼ਰਾਬ ਕੱਢਣੀ। ਬਾਬਾ ਚੜ੍ਹਤ ਸਿੰਘ ਬਾਬਾ ਜੱਸਾ ਸਿੰਘ ਜੀ ਜਿਹੜੇ ਸਨ ਉਸ ਬਰਾਦਰੀ ਵਿੱਚੋਂ ਸਨ, ਅਤੇ ਜਿਹੜਾ ਚੜ੍ਹਤ ਸਿੰਘ ਸੀ ਉਹ ਜੱਟ ਸੀ।
ਉਹਨੇ ਲਿਖਿਆ ਇੱਕ ਚੜ੍ਹਤੂ ਜੱਟ ਹੈ, ਇੱਕ ਜੱਸਾ ਕਲਾਲ ਹੈ, ਇੱਕ ਚੜ੍ਹਤੂ ਜੱਟ ਹੈ, ਹੋਰ ਵੀ ਨਾਂ ਲਿਖੇ ਨੇ। ਅਤੇ ਉਹਨੇ ਲਿਖਿਆ ਵੀ ਇਹ ਜਿਹੜੇ ਸਿੱਖ ਨੇ ਇਹਨਾਂ ਦੀ ਜਦੋਂ ਬਰਛੀ ਉੱਠਦੀ ਹੈ ਤਾਂ ਕੋਹ ਕਾਫ ਦੀਆਂ ਪਹਾੜੀਆਂ ਕੰਬਣ ਲੱਗ ਜਾਂਦੀਆਂ ਨੇ। ਉਹ ਲਿਖਦਾ ਕਿ ਇਹ ਜਿਹੜੇ ਕੁੱਤੇ ਹਨ, ਉਹ ਸਿੱਖਾਂ ਨੂੰ ਕੁੱਤੇ ਲਿਖਦਾ, ਕਹਿੰਦਾ ਇਹਨਾਂ ਨੂੰ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਸ਼ੇਰ ਹਨ। ਨਾਲ ਹੀ ਲਿਖਦਾ, ਨਾਲ ਕਹਿੰਦਾ ਸਿੱਖ ਕੁੱਤੇ ਹਨ, ਅਤੇ ਨਾਲ ਹੀ ਕਹਿੰਦਾ ਕੁੱਤੇ ਨਾ ਕਹੋ, ਇਹ ਸ਼ੇਰ ਹਨ। ਕਹਿੰਦਾ ਜਦੋਂ ਇਹਨਾਂ ਦੀ ਬੰਦੂਕ ਚੱਲਦੀ ਹੈ ਤਾਂ ਕਹਿੰਦਾ ਕਿ ਦੁਸ਼ਮਣ ਥਰ ਥਰ ਕੰਬਦਾ ਹੈ, ਇਹ ਹਨੇਰੇ ਵਿੱਚ ਵੀ ਗੋਲੀ ਮਾਰ ਦਿੰਦੇ ਹਨ, ਇੰਨਾ ਨਿਸ਼ਾਨਾ ਹੈ। ਸਾਗ ਸ਼ਬਦ ਵਰਤਿਆ ਉਹਨੇ, ਸਾਗ ਨਾਮ ਕੁੱਤੇ ਦਾ ਹੁੰਦਾ। ਕਹਿੰਦਾ ਸਗਾਂ ਇਹਨਾਂ ਕੁੱਤਿਆਂ ਨਾਲ ਸਾਡਾ ਵਾਹ ਪਿਆ। ਉਹ ਕਹਿੰਦਾ ਜੰਗ ਦੇ ਵਿੱਚ ਇਹ ਇਕੱਲੇ ਇਕੱਲੇ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦੇ। ਸੋ ਖਾਲਸਾ ਜੀ, ਕਾਜ਼ੀ ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਨੂੰ ਕੁੱਤੇ ਕਹਿ ਕਹਿ ਕੇ ਗਾਲਾਂ ਵੀ ਕੱਢੀਆਂ ਨੇ, ਪਰ ਉਹਨੇ ਫਿਰ ਵੀ ਸਿੱਖਾਂ ਦੀ ਬੰਦੂਕ, ਸਿੱਖਾਂ ਦੀ ਤਲਵਾਰ, ਸਿੱਖਾਂ ਦੀ ਬਹਾਦਰੀ ਦਾ ਕਿੱਸਾ ਨਾਲ ਨਾਲ ਲਿਖਿਆ ਹੈ। ਸੋ ਖਾਲਸਾ ਜੀ, ਉਹ ਕਾਜ਼ੀ ਨੂਰ ਮੁਹੰਮਦ ਤੋਂ ਇਲਾਵਾ ਹੋਰ ਵੀ ਬੜੇ ਲੋਕਾਂ ਨੇ, ਫਰਾਂਸੀਸੀਆਂ ਨੇ, ਅੰਗਰੇਜ਼ਾਂ ਨੇ ਸਿੰਘਾਂ ਦੀ ਬੰਦੂਕ ਦੇ ਕਿੱਸੇ ਲਿਖੇ ਹਨ ਵੀ ਸਿੰਘਾਂ ਦਾ ਨਿਸ਼ਾਨਾ ਕਦੀ ਉੱਕਦਾ ਨਹੀਂ ਹੈ। ਬੰਦੂਕ ਵਿੱਚ ਪਹਿਲਾ ਨੰਬਰ ਖਾਲਸੇ ਦਾ ਹੀ ਮੰਨਿਆ ਜਾਂਦਾ ਹੈ ਸਾਰੀ ਦੁਨੀਆ ਦੇ ਵਿੱਚ। ਸੋ ਕਹਿੰਦੇ ਹਨ ਕਿ ਚੜ੍ਹਤ ਸਿੰਘ ਦੀ ਬੰਦੂਕ ਮਸ਼ਹੂਰ ਹੋ ਗਈ। ਅਤੇ ਸਾਧ ਸੰਗਤ ਜੀ, ਦੇਖੋ ਭਾਣਾ ਰੱਬ ਦਾ, ਚੜ੍ਹਤ ਸਿੰਘ ਜਦੋਂ ਚੜ੍ਹਾਈ ਕੀਤੀ ਆਪਣੀ ਬੰਦੂਕ ਫੱਟ ਕੇ ਚੜ੍ਹਾਈ ਕੀਤੀ। ਚੜ੍ਹਤ ਸਿੰਘ ਦੀ ਮੌਤ ਜਦੋਂ ਹੋਈ ਹੈ, ਜੰਮੂ ਦੇ ਵਿੱਚ ਰਣਜੀਤ ਦੇਓ ਰਾਜੇ ਨਾਲ ਲੜਾਈ ਹੋਈ ਸੀ, ਫਤਿਹ ਕਰਨ ਗਿਆ ਸੀ ਜੰਮੂ ਨੂੰ, ਅਤੇ ਆਪਣੀ ਬੰਦੂਕ ਹੀ ਸਾਫ਼ ਕਰਦਿਆਂ ਫੱਟ ਗਈ ਸੀ, ਅਤੇ ਗੋਲੀ ਉਹ ਦਿਲ ਦੇ ਕੋਲ ਲੱਗ ਗਈ ਸੀ, ਜਿਹਦੇ ਨਾਲ ਸਰਦਾਰ ਸਾਹਿਬ ਚੜ੍ਹਤ ਸਿੰਘ ਜੀ ਸ਼ਹੀਦ ਹੋ ਗਏ ਸਨ। ਸੋ ਬੰਦੂਕ ਉਹਦੀ ਮਸ਼ਹੂਰ ਹੋਈ ਹੈ ਅਤੇ ਉਹਦੀ ਮੌਤ ਵੀ ਬੰਦੂਕ ਨਾਲ ਹੀ ਹੋਈ ਹੈ। ਜੈਸੇ ਮਾਰੇ ਨੇੜਿਓ ਤੈਸੇ ਮਾਰੇ ਦੂਰ, ਜਿਵੇਂ ਨੇੜਿਓ ਮਾਰਦਾ ਉਵੇਂ ਦੂਰੋਂ ਵੀ ਮਾਰਦਾ। ਜਿੰਨਾ ਨੇੜਿਓ ਨਿਸ਼ਾਨਾ ਲਾ ਸਕਦਾ ਸੀ ਚੜ੍ਹਤ ਸਿੰਘ, ਉਨਾ ਹੀ ਦੂਰੋਂ ਵੀ ਉਹਦਾ ਨਿਸ਼ਾਨਾ ਪੱਕਾ ਸੀ। ਤੁਰਤ ਫੁਰਤ ਲੜਤੇ ਮਰਤੇ ਬਹੀਰ ਗਇਓ ਕੋ ਔਰ, ਇਸ ਤਰ੍ਹਾਂ ਇਹ ਬਹੀਰ ਗੁਰੂ ਖਾਲਸੇ ਦਾ ਲੜਦਿਆਂ ਮਰਦਿਆਂ ਭਿੜਦਿਆਂ ਤੁਰਦਿਆਂ ਫਿਰਦਿਆਂ ਕੋ ਦੋ ਕੋ ਹੋਰ ਅੱਗੇ ਵੱਧ ਗਿਆ। ਤੋ ਫਿਰ ਅਹਿਮਦ ਸ਼ਾਹ ਨਿਜ ਕਰ ਪਰਿਓ ਸਿੰਘਨ ਪਰ ਤੋਰ, ਤੋ ਸਾਧ ਸੰਗਤ ਜੀ ਅਹਿਮਦ ਸ਼ਾਹ ਫਿਰ ਸਿੰਘਾਂ ਦੇ ਕਚੀਚੀ ਵੱਟ ਕੇ ਗੁੱਸੇ ਨਾਲ ਪੈ ਗਿਆ। ਚੋ ਪਈ ਜ਼ੋਰ ਪਾਏ ਸਿੰਘ ਫੌਜ ਨਿਕਾਰੀ, ਉਹਨੇ ਜ਼ੋਰ ਪਾ ਕੇ ਅਬਦਾਲੀ ਨੇ, ਕਿਉਂਕਿ ਅਬਦਾਲੀ ਦਾ ਨਿਸ਼ਾਨਾ ਸੀ ਵੀ ਸਿੱਖਾਂ ਦੇ ਪਰਿਵਾਰ ਖਤਮ ਕਰਨੇ, ਉਹ ਮਾਵਾਂ ਮਾਰ ਦੇਣੀਆਂ ਨੇ ਜਿਹੜੀਆਂ ਸਿੱਖਾਂ ਨੂੰ ਜਨਮ ਦਿੰਦੀਆਂ ਨੇ, ਸਿੱਖਾਂ ਦਾ ਨਾਮ ਨਿਸ਼ਾਨ ਬੀਜ ਨਾਸ਼ ਕਰ ਦੇਣਾ ਹੈ। ਅਬਦਾਲੀ ਨੇ ਬੜੀ ਭਾਰੀ ਫੌਜ ਕਹਿੰਦੇ ਸਿੰਘਾਂ ਦੇ ਉੱਤੇ ਚੜ੍ਹਾਈ ਅਤੇ ਸਿੰਘਾਂ ਦੀ ਫੌਜ ਨੂੰ ਵਹੀਰ ਤੋਂ ਬਾਹਰ ਕੱਢ ਲਿਆ। ਕੇਰਿਓ ਬਹੀਰ ਬੋ ਤੁਮਨ ਪਾਰੀ, ਬੜਾ ਭਾਰੀ ਦਲ ਲੈ ਕੇ ਅਬਦਾਲੀ ਨੇ ਸਿੰਘਾਂ ਦੀ ਵਹੀਰ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਫਿਰ ਘੇਰਾ ਪਾ ਲਿਆ। ਤਿੰਨ ਮੈਂ ਗ੍ਰੰਥ ਤੁਰਤ ਥੇ ਦੋਏ, ਸਾਧ ਸੰਗਤ ਜੀ ਉਸ ਵੇਲੇ ਉਸ ਦਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੋ ਬੀੜਾਂ ਸਨ। ਖਾਲਸੇ ਪੰਥ ਦੇ ਵਿੱਚ ਉਹ ਦੋ ਸਰੂਪ ਸਨ ਜਿਹੜੇ ਕਿ ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਂਦੇ ਪ੍ਰਕਾਸ਼ ਕਰਦੇ, ਉਹ ਦੋ ਸਰੂਪ ਉੱਥੇ ਗੁਰੂ ਖਾਲਸਾ ਬੁੱਢੇ ਦਲ ਦੇ ਵਿੱਚ ਇੱਕ ਗੱਡੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੁੰਦੀ ਸੀ। ਪਹਿਲਾਂ ਬੱਸਾਂ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ, ਗੱਡੇ ਦੇ ਉੱਤੇ ਪਾਲਕੀ ਬਣਾਈ ਹੁੰਦੀ ਸੀ, ਉਹਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਗੱਡੇ ਉੱਤੇ ਰਹਿੰਦਾ ਸੀ।
ਉਹ ਸਿੰਘਾਂ ਨੇ ਪਹਿਲਾਂ ਗੱਡਾ ਵਿੱਚ ਕੀਤਾ, ਉਹਦੇ ਆਲੇ ਦੁਆਲੇ ਬੱਚੇ, ਉਹਦੇ ਆਲੇ ਦੁਆਲੇ ਬੀਬੀਆਂ ਅਤੇ ਬੁੱਢੇ ਖੜ੍ਹੇ ਕੀਤੇ ਅਤੇ ਉਹਨੂੰ ਹੌਲੇ ਹੌਲੇ ਤੋਰੀ ਜਾਂਦੇ ਸਨ। ਅਬਦਾਲੀ ਨੇ ਜ਼ਬਰਦਸਤ ਹੱਲਾ ਕਰਕੇ ਉਹ ਜਿਹੜਾ ਗੱਡਾ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ, ਇੱਕ ਅੰਮ੍ਰਿਤਸਰੀਏ ਦਮਦਮੀਏ ਜੋਏ, ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਇੱਕ ਅੰਮ੍ਰਿਤਸਰ ਵਾਲੀ ਬੀੜ, ਇੱਕ ਦਮਦਮੇ ਵਾਲੀ ਬੀੜ, ਉਹ ਵੀ ਮੌਜੂਦ ਸਨ। ਘੇਰ ਲਿਓ ਤਨਿਆ ਕਿਉਂ ਆਏ, ਅਬਦਾਲੀ ਨੇ ਉਸ ਗੱਡੇ ਨੂੰ ਉਹ ਵਹੀਰ ਨੂੰ ਘੇਰਾ ਪਾ ਲਿਆ। ਜੁਦੈ ਜੁਦੈ ਤੇ ਦੈ ਕਰਾਏ, ਉਹ ਸਾਧ ਸੰਗਤ ਜੀ ਉਹ ਘੇਰਾ ਇਹੋ ਜਿਹਾ ਹਮਲਾ ਹੋਇਆ ਵੀ ਸਿੰਘ ਵੱਖਰੇ, ਬੀਬੀਆਂ ਬੱਚੇ ਬੁੱਢੇ ਵੱਖੋ ਵੱਖ ਹੋ ਗਏ। ਧਰ ਗ੍ਰੰਥ ਤੈ ਲੜੇ ਮਜੈਲ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਮਾਝੇ ਦੇ ਸਿੰਘ ਸੂਰਮੇ ਜਿਹੜੇ ਸਨ ਉਹ ਬੜੀ ਬਹਾਦਰੀ ਨਾਲ ਲੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਤੇ ਅਬਦਾਲੀ ਸਾਥੋਂ ਖੋ ਕੇ ਨਾ ਲੈ ਜਾਵੇ। ਰਖਤ ਉਤੇ ਥੇ ਸ਼ਸਤਰ ਗੈਲ, ਉਹ ਸਿੰਘ ਸ਼ਸਤਰ ਧਾਰੀ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਹਿੰਦੇ ਸਨ, ਉਹ ਬੜੀ ਬਹਾਦਰੀ ਨਾਲ ਲੜੇ। ਘੜੀ ਕੋ ਲੜੇ ਫਿਰ ਲੀਨੇ ਮਾਰ, ਘੜੀ ਦਾ ਉਹਨਾਂ ਨੇ ਮੁਕਾਬਲਾ ਕੀਤਾ, ਅੱਧਾ ਘੰਟਾ ਤਾਂ ਸਿੰਘ ਲੜਦੇ ਰਹੇ ਪਰ ਉਹ ਥੋੜੇ ਸਨ, ਅਬਦਾਲੀ ਦੀ ਫੌਜ ਜ਼ਿਆਦਾ ਸੀ, ਫਿਰ ਉਹ ਸਾਰੇ ਮਾਰ ਦਿੱਤੇ ਅਬਦਾਲੀ ਨੇ। ਫਿਰ ਦਮਦਮਣੀਆਂ ਪਰ ਤਰੀ ਤਲਵਾਰ, ਅੰਮ੍ਰਿਤਸਰੀਆਂ ਦੇ ਕੋਲ ਜਿਹੜੀ ਬੀੜ ਸੀ ਉਹ ਅੰਮ੍ਰਿਤਸਰੀਆਂ ਦੇ ਕੋਲੋਂ ਉਹਨਾਂ ਨੇ ਖੋਈ ਅਤੇ ਦਮਦਮੀਆਂ ਜਿਹੜੇ ਸਨ ਉਹਨਾਂ ਕੋਲ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹਦੇ ਉੱਤੇ ਵੀ ਹੱਲਾ ਬੋਲ ਦਿੱਤਾ। ਪਾਓ ਘੜੀ ਤੈ ਤਿਉਂ ਲੜੇ, ਉਹ ਵੀ ਘੜੀ ਕ ਉਹ ਵੀ ਲੜੇ, ਦਮਦਮੇ ਵਾਲੇ ਵੀ ਬਿਨ ਹਥਿਆਰ ਹੁੰਦੇ ਕਿਆ ਕਰੇ, ਬਿਨਾਂ ਹਥਿਆਰਾਂ ਦੇ ਕਿੰਨਾ ਕੁ ਚਿਰ ਲੜ ਸਕਦੇ ਸਨ ਸਿੰਘ। ਦੀਨ ਮਜ਼ਬ ਕਾ ਜੁੱਧ ਪਛਾਣ, ਦੀਨ ਮਜ਼ਬ ਦਾ ਜੁੱਧ ਜਾਣ ਕਰਕੇ, ਢੀਮ ਸੋਟੇ ਕਰ ਮਾਰਨ ਤਾਣ, ਜੋ ਸ਼ਸਤਰ ਸੋਟਾ ਡਾਂਗ ਸਿੰਘਾਂ ਕੋਲ ਬਰਛੇ ਗੰਡਾਸੀਆਂ ਸਨ ਉਹਨਾਂ ਨਾਲ ਲੜਾਈ ਕਿੱਥੇ ਹੁੰਦੀ ਹੈ, ਲੜਾਈ ਤਾਂ ਹੁੰਦੀ ਚੰਗੇ ਹਥਿਆਰਾਂ ਨਾਲ ਪਰ ਇੰਨੇ ਚੰਗੇ ਹਥਿਆਰ ਸਿੱਖਾਂ ਕੋਲ ਹੈ ਨਹੀਂ ਸਨ। ਟੀਮ ਸੋਟਾਂ ਤੇ ਕਵੇ ਮਰੈ, ਪੱਥਰਾਂ ਰੋੜਿਆਂ ਸੋਟਿਆਂ ਨਾਲ ਭਲਾ ਉਹ ਪਠਾਨ ਕਿੱਥੇ ਮਰਦੇ ਸਨ। ਮਾਰੇ ਤੇਗ ਇਨ ਦੋਇ ਤੜ ਕਰੈ, ਤੇਗਾਂ ਮਾਰ ਕੇ ਸਿੰਘਾਂ ਨੂੰ ਵੱਢੀ ਜਾਂਦੇ ਸਨ। ਦੋਹਰਾ ਗੈਲ ਪਿੰਡ ਗਿੱਡ ਆ ਪੂਜਿਓ, ਮਾਰਤ ਮਰਤ ਬਹੀਰ, ਸਿੰਘ ਜੀ ਇਸ ਤਰ੍ਹਾਂ ਕਰਦਿਆਂ ਇਹ ਬਹੀਰ ਦੀ ਵੱਢ ਕੱਟ ਹੁੰਦੇ ਗਹਿਲਾਂ ਪਿੰਡ ਆ ਗਿਆ। ਬਰਨਾਲੇ ਤੋਂ ਕੋਈ 5-6 ਕਿਲੋਮੀਟਰ 'ਤੇ ਪਿੰਡ ਦਾਸ ਉੱਥੇ ਗਿਆ ਹੈ, ਬਹੁਤ ਵੱਡਾ ਪੁਰਾਤਨ ਬੋਰਡ ਦਾ ਦਰਖਤ ਉੱਥੇ ਮੌਜੂਦ ਹੈ ਔਰ ਉਹ ਬੋਰਡ ਦੱਸਦੇ ਨੇ ਅਬਦਾਲੀ ਦੇ ਟਾਈਮ ਦਾ ਹੈ, ਬਹੁਤ ਵੱਡਾ ਹੈ ਉਹਦਾ ਤਣਾ ਅਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਉੱਥੇ ਸੇਵਾ ਦਾ ਪ੍ਰਬੰਧ ਹੈ। ਉਹ ਗਹਿਲਾਂ ਪਿੰਡ ਜਦੋਂ ਸਿੰਘ ਪਹੁੰਚ ਗਏ, ਕਦੇ ਸਿੰਘ ਵਿੱਚ ਆ ਲੜੇ ਕਦੇ ਜਾਏ ਹੋਏ ਤੀਰ, ਕਦੇ ਸਿੰਘ ਆ ਕੇ ਵਹੀਰ ਦੀ ਰਾਖੀ ਲਈ ਲੜਦੇ, ਕਦੇ ਉਹਨਾਂ ਦੇ ਪੈਰ ਉੱਖੜ ਜਾਂਦੇ, ਕਦੇ ਫਿਰ ਵਹੀਰ ਦੇ ਬਚਾ ਲਈ ਆ ਜਾਂਦੇ। ਇਸ ਤਰ੍ਹਾਂ ਇਹ ਲੜਾਈ 30-40 ਕਿਲੋਮੀਟਰ ਦੇ ਮੈਦਾਨ 'ਚ ਹੋਈ ਸੀ। ਚੌਪਈ ਤਬ ਬਹੀਰ ਨੇ ਪਿੰਡ ਤਕਾਇਓ, ਬਹੀਰ ਨੇ ਜਦੋਂ ਗਹਿਲਾਂ ਪਿੰਡ ਵੇਖਿਆ, ਪਿੰਡ ਲੋਕਾਂ ਨੇ ਬੂਹੋ ਅੜਾਇਓ, ਪਿੰਡ ਵਿੱਚ ਵੜਨਾ ਚਾਹਿਆ ਪਰ ਪਿੰਡ ਵਾਲਿਆਂ ਨੇ ਬੂਹੇ ਬੰਦ ਕਰ ਲਏ, ਪਿੰਡ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ ਵੀ ਕਿਤੇ ਸਿੱਖ ਸਾਡੇ ਘਰਾਂ 'ਚ ਵੜ ਗਏ ਤੇ ਸਾਨੂੰ ਵੀ ਅਬਦਾਲੀ ਨਾਲ ਹੀ ਨਾ ਮਾਰ ਦੇਵੇ। ਪਿੰਡ ਮੈਂ ਵੜਨਾ ਦਿਨੋ ਕੋ, ਪਿੰਡ 'ਚ ਨਹੀਂ ਕਿਸੇ ਨੂੰ ਵੜਨ ਦਿੱਤਾ। ਔਖੀ ਬਣੀ ਬਹੀਰ ਸੋ ਤੋ, ਉਹਨਾਂ ਬੀਬੀਆਂ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ ਜਿਹੜੇ ਕਿੰਨੇ ਹੀ ਸਮੇਂ ਤੋਂ ਥੱਕੇ ਟੁੱਟੇ ਦੌੜੇ ਮਰਦੇ ਆ ਰਹੇ ਸਨ, ਸੱਟਾਂ ਦੇ ਨਾਲ ਜ਼ਖਮੀ ਸਨ, ਜਿਨ੍ਹਾਂ ਨੂੰ ਰੋਟੀ ਖਾਧਿਆਂ ਨੂੰ ਕਈ ਦਿਨ ਹੋ ਗਏ ਸਨ,
ਉਹ ਵਿਚਾਰਿਆਂ ਨੂੰ ਫਿਰ ਔਖੀ ਬਣ ਗਈ। ਕਿਛ ਲੋਕ ਪੜੇ ਗੁਹਾਰਨ ਮਾਹੇ, ਉਸ ਵੇਲੇ ਬੀਬੀਆਂ ਬੱਚੇ ਵਿਚਾਰੇ ਗੁਹਾਰਿਆਂ ਵਿੱਚ ਲੁਕ ਕੇ, ਗੁਹਾਰੇ ਜਿਹਨੂੰ ਘੀਰੇ ਵੀ ਕਹਿੰਦੇ ਆ, ਜਿਨ੍ਹਾਂ ਦੇ ਵਿੱਚ ਪਾਥੀਆਂ ਪੱਥ ਕੇ ਰੱਖ ਦਿੰਦੇ ਨਾ ਪਿੰਡਾਂ ਵਿੱਚ, ਉਹ ਗੁਹਾਰਿਆਂ ਦੇ ਵਿੱਚ ਜਾਂ ਤੂੜੀ ਦੇ ਕੁੱਪ ਖਾਲੀ ਜਿਹੜੇ, ਉਹਦੇ ਵਿੱਚ ਵਿਚਾਰੇ ਲੁਕ ਲੁਕ ਕੇ ਕਈ ਆਪਣੀਆਂ ਜਾਨਾਂ ਬਚਾ ਰਹੇ ਸਨ। ਸੋ ਗਿਲਜਾ ਨੇ ਛੋੜੇ ਨਾਹੀਂ, ਪਰ ਗਿਲਜਿਆਂ ਨੇ ਉਹ ਵੀ ਨਹੀਂ ਛੱਡੇ। ਜੇ ਪਤਾ ਲੱਗ ਗਿਆ ਵੀ ਉਹ ਗੁਹਾਰੇ ਵਿੱਚ ਸਿੱਖ ਬੜੇ ਨੇ, ਤਾਂ ਗੁਹਾਰਿਆਂ ਨੂੰ ਢਾ ਕੇ ਸਿੱਖਾਂ ਨੂੰ ਮਾਰ ਦਿੱਤਾ। ਚਮਿਆਰਨ ਚੂੜਨ ਕੈ ਜੁੜ ਬੜੇ, ਜੋ ਜਿਹੜੇ ਮਜ਼ਬੀਆਂ ਦੇ ਛੋਟਿਆਂ ਜਾਤਾਂ ਦੇ ਘਰ ਸਨ, ਉੱਥੇ ਲੁਕ ਗਏ ਜਾ ਕੇ ਕਹੀ। ਕਾਢ ਲੋਗਣ ਤੇ ਬਾਹਰ ਕਰੇ, ਉਹ ਵੀ ਲੋਕਾਂ ਨੇ ਘਰ ਨਹੀਂ ਵੜਨ ਦਿੱਤੇ ਤੇ ਉਹਨਾਂ ਨੂੰ ਵੀ ਕੱਢ ਦਿੱਤਾ। ਲੋਥਾਂ ਦੇ ਉੱਪਰ ਲੋਤ ਹੋਏ ਪਈ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ। ਬਹੁਤ ਲੋਕ ਬੱਚੇ ਬੀਬੀਆਂ ਬੁੱਢੇ ਗਹਿਲਾਂ ਪਿੰਡ ਚ ਵੀ ਮਾਰੇ ਗਏ। ਹੁਣ ਤਲ ਗਿਰ ਕੇ ਬਚ ਰਹੇ ਕੋਈ, ਜੇ ਕੋਈ ਲਾਸ਼ਾਂ ਦੇ ਥੱਲੇ ਲੁਕ ਕੇ ਬਚ ਗਿਆ ਬਚ ਗਿਆ, ਪਰ ਉਹ ਵੀ ਦਮ ਘੁੱਟ ਕੇ ਕਈ ਮਰ ਗਏ। ਹਾਂਜੀ, ਹੁਣ ਕਹਿ ਚੀਜ਼ ਸੋ ਟੋਲਣ ਵਾਰ, ਉਹਨਾਂ ਦੇ ਹੁਣ ਕਹਿ ਚੀਜ਼ ਜੋ ਟੋਲਣ ਵਾਰ, ਜਿਹੜੇ ਲੋਕਾਂ ਦਾ ਸਮਾਨ ਸੀਗਾ, ਕਿਸੇ ਕੋਲ ਕੋਈ ਕੱਪੜਾ ਸੀ ਜਾਂ ਕਿਸੇ ਕੋਲ ਕੋਈ ਖਾਣ ਪੀਣ ਦਾ ਜਾਂ ਕੋਈ ਭਾਂਡਾ, ਉਹ ਜੋ ਸਮਾਨ ਸੀ ਉਹ ਲੁੱਟਣ ਵਾਲੇ ਟੋਲ ਟੋਲ ਕੇ ਲੈ ਗਏ। ਕਿਤਨੇ ਵਹਿ ਫਿਰ ਦੀਨੇ ਮਾਰ, ਕਈ ਟੋਲਣ ਵਾਲਿਆਂ ਨੇ ਹੀ, ਲੱਭਣ ਵਾਲੇ ਡਾਕੂਆਂ ਨੇ ਹੀ ਪਿੰਡਾਂ ਦਿਆਂ ਨੇ ਮਾਰ ਦਿੱਤੇ। ਦੋਹਰਾ ਉਹਾਂ ਸੋ ਚੋਰੀ ਥੀ ਘਣੀ, ਚਰੀ ਬਜਾਰੇ ਵਾਰ, ਚੋਰੀ ਉੱਥੇ ਚਰੀ ਬਾਜਰੇ ਵਾਲੇ ਖੇਤ ਸਨ ਕੁਝ, ਜਿੱਥੇ ਚਰੀ ਖੜੀ ਹੁੰਦੀ ਬਾਜਰਾ ਖੜਾ ਹੁੰਦਾ, ਇਹੋ ਜੇ ਖੇਤ ਸਨ ਕੁਛ। ਹਾਂਜੀ, ਬਹੁ ਲੋਕ ਤਿੰਨ ਪੈ ਛਪੇ ਸੋ ਉਨ ਦਿਨ ਜਾਰ, ਉਹ ਕਈ ਵਿਚਾਰੇ ਬੱਚੇ ਬੀਬੀਆਂ ਬੁੱਢੇ ਚਰੀ ਦੇ ਖੇਤਾਂ ਵਿੱਚ, ਜਵਾਰ ਦੇ ਖੇਤਾਂ 'ਚ ਲੁੱਕੇ ਅਤੇ ਬਾਜਰੇ ਦੇ ਖੇਤਾਂ 'ਚ ਲੁੱਕੇ, ਪਰ ਅੱਗ ਲਾ ਕੇ ਅਬਦਾਲੀ ਦੀ ਫੌਜ ਨੇ ਉਹ ਵੀ ਸਾੜ ਦਿੱਤੇ। ਚੌਪਈ ਉਹਾਂ ਚੜ ਸਿੰਘ ਗੁੱਸਾ ਖਾਇਆ, ਚੜ ਸਿੰਘ ਗੁੱਸਾ ਖਾ ਕੇ ਮੁੜਕਰ ਘੋੜਾ ਬਹੀਰ ਲਾਇਆ, ਫਿਰ ਬਹੀਰ ਦੇ ਨੇੜੇ ਆ ਗਿਆ ਘੋੜਾ ਦੜਾ ਕੇ। ਪੰਜ ਬੰਦੂਕੀਏ ਪਰਦੇ ਬੰਦੂਕ, ਬਾਬਾ ਚੜ ਸਿੰਘ ਨੇ ਪੰਜ ਬੰਦੂਕਚੀ ਸਿੰਘ ਨਾਲ ਰੱਖੇ, ਉਹਨਾਂ ਨੂੰ ਆਖਿਆ ਬੰਦੂਕਾਂ ਭਰ ਕੇ ਮੈਨੂੰ ਦਈ ਜਾਓ, ਚਲਾਵਾਂਗਾ ਮੈਂ ਭਰੀ, ਤੁਸੀਂ ਜਾਓ। ਹਾਂਜੀ, ਮਾਰੇ ਚੜ ਸਿੰਘ ਗਿਲਜਨ ਅਚੂਕ, ਪੰਜ ਸਿੰਘ ਭਰਨ ਵਾਲੇ ਬੰਦੂਕਾਂ ਤੇ ਸਿੰਘ ਚੜ੍ਹਤ ਸਿੰਘ ਇੱਕੋ ਕੱਲਾ ਚਲਾਉਣ ਵਾਲਾ, ਕਹਿੰਦੇ ਜਿੱਥੇ ਗੋਲੀ ਮਾਰਦਾ ਅਚੂਕ ਜਾ ਕੇ ਲੱਗਦੀ ਗਿਲਜਿਆਂ ਨੂੰ। ਦੋਹਰਾ ਪਿਓ ਪਿਆਸੇ ਸ਼ਾਉ ਥੋ ਖੜਤਿਨ ਪੀਤੋ ਨੀਰ, ਸਾਧ ਸੰਗਤ ਜੀ ਰਸਤੇ 'ਚ ਕੁਤਬਾ ਬਾਹਮਣੀਆਂ ਪਿੰਡ ਵੀ ਪੈਂਦਾ ਹੈ, ਉੱਥੇ ਪਾਣੀ ਦੀ ਬੜੀ ਵੱਡੀ ਢਾਬ ਸੀਗੀ। ਪਹਿਲਾਂ ਸਿੱਖਾਂ ਦੀ ਵਹੀਰ ਨੇ ਉੱਥੇ ਪਾਣੀ ਪੀਤਾ, ਪਰ ਜਦੋਂ ਸਿੱਖ ਪਾਣੀ ਪੀ ਕੇ ਇਹਨਾਂ ਨੂੰ ਤੁਰੇ ਅਤੇ ਅਬਦਾਲੀ ਦੀ ਫੌਜ ਨੇ ਉੱਥੇ ਪਾਣੀ 'ਤੇ ਹੱਲਾ ਬੋਲਤਾ। ਕੁਤਬਾ ਪਿੰਡ ਵਿੱਚ ਵੀ ਲੋਕ ਬੜੇ ਸਨ ਵੀ ਸਾਨੂੰ ਇੱਥੇ ਥੋੜ੍ਹਾ ਜਿਹਾ ਸਹਾਰਾ ਮਿਲ ਜਾਵੇ, ਪਰ ਪਿੰਡ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ। ਉੱਥੋਂ ਸਿੰਘ ਦੌੜੇ, ਅਬਦਾਲੀ ਦੀ ਫੌਜ ਪਾਣੀ ਖੁਣੋਂ ਪਿਆਸੀ, ਉਹ ਜਿਹੜੇ ਲੋਕ ਰਹੇ ਹੋਣ ਸ਼ਰਦ ਇਲਾਕਿਆਂ ਵਿੱਚ ਪਹਾੜਾਂ ਵਿੱਚ, ਉਹਨਾਂ ਨੂੰ ਜੰਗਲ ਦੇ ਇਲਾਕੇ ਵਿੱਚ ਮਾਲਵੇ ਦੇ ਇਲਾਕੇ 'ਚ ਪਾਣੀ ਤੋਂ ਬਿਨਾਂ ਲੜਨਾ ਔਖਾ ਹੋ ਜਾਂਦਾ, ਸੋ ਪਾਣੀ ਨਾ ਮਿਲਣ ਕਰਕੇ ਅਬਦਾਲੀ ਦੀ ਫੌਜ ਵਿਆਕਲ ਹੋ ਗਈ। ਤੀਰੀ ਤੀਰੀ ਹੋਏ ਆਈ ਤੋਪਰ ਗਇਓ ਫਰਕ ਬਹੀਰ, ਫੌਜ ਦੇ ਵੀ ਅਬਦਾਲੀ ਦੇ ਫੌਜ ਦੇ ਵੀ ਬੁੱਲ ਸੁੱਕਣ ਲੱਗ ਪਏ, ਉਹਨਾਂ ਦੇ ਵੀ ਸਾਹ ਸੁੱਕਣ ਲੱਗ ਪਏ ਪਾਣੀ ਤੋਂ ਬਿਨਾਂ। ਚੌਪਈ
ਸ਼ਾਹੂ ਤੋਂ ਕੁਛ ਧੁੱਪ ਸੰਤਾਇਓ ਤੇ ਉਧਰੋਂ ਧੁੱਪ ਪੈਣ ਲੱਗ ਪਈ। ਫਰਵਰੀ ਦੇ ਮਹੀਨੇ ਧੁੱਪ ਪੈਣ ਲੱਗ ਪੈਂਦੀ। 5 ਫਰਵਰੀ ਦਾ ਦਿਨ ਸੀਗਾ, ਧੁੱਪ ਪੈਣ ਲੱਗ ਪਈ ਸੀ ਅਤੇ ਧੁੱਪ ਤਿੱਖੀ ਪੈਂਦੀ ਪਈ ਸੀ। ਭਾਵੇਂ ਠੰਡ ਤਾਂ ਹੈ ਸੀ ਪਰ ਧੁੱਪ ਤਿੱਖੀ ਸੀ ਅਤੇ ਘੋੜੇ 'ਤੇ ਚੜ੍ਹਿਆ ਬੰਦਾ ਥੱਕ ਜਾਂਦਾ ਕਿ 2-3 ਕਿਲੋਮੀਟਰ ਭਾਵੇਂ ਜਿੰਨੀ ਮਰਜ਼ੀ ਸਰਦੀ ਹੋਵੇ ਨਾ, ਜੇ ਘੋੜਾ ਦੌੜਾਈਏ ਘੋੜਾ ਵੀ ਗਰਮ ਅਤੇ ਜਵਾਨ ਵੀ ਉੱਪਰ ਬੈਠਾ ਜਿਹੜਾ ਉਹਦਾ ਵੀ ਸਾਹ ਉਸਾਹ ਹੋ ਜਾਂਦਾ ਅਤੇ ਉਹਨੂੰ ਵੀ ਪਸੀਨੇ ਆਉਣ ਲੱਗ ਜਾਂਦੇ, ਜ਼ੋਰ ਲੱਗਦਾ ਨਾ ਘੋੜੇ 'ਤੇ ਬੈਠਿਆਂ। ਅਬਦਾਲੀ ਹੁਣ ਸਵੇਰ ਦਾ ਹੀ ਪਿੱਛੋਂ ਤੁਰਿਆ ਆਉਂਦਾ ਸੀਗਾ, ਇਸ ਕਰਕੇ ਉਹ ਆਪ ਵੀ ਥੱਕ ਗਿਆ ਅਤੇ ਉਹਨੂੰ ਵੀ ਪਾਣੀ ਤੋਂ ਬਿਨਾਂ ਪਿਆਸ ਨੇ ਤੰਗ ਕਰ ਲਿਆ। ਧੁੱਪੇ ਖਾਲਸੋ ਹੋਤ ਸਵਾਇਓ ਅਤੇ ਖਾਲਸਾ ਧੁੱਪੇ ਸਵਾਇਆ ਹੋ ਜਾਂਦਾ। ਸਿੰਘਾਂ ਦਾ ਤਾਂ ਗਰਮੀ ਸਰਦੀ ਦਾ ਅਭਿਆਸ ਬੜਾ ਸੀਗਾ। ਉਹ ਅਫਗਾਨਿਸਤਾਨ ਦੇ ਪਠਾਨ ਅਤੇ ਸਿੰਘ ਪੰਜਾਬ ਦੇ ਭੇਤੀ, ਉਹ ਪੰਜਾਬ ਦੇ ਵਿੱਚ ਹੁਣ ਜਿਨ੍ਹਾਂ ਨੇ ਗਰਮੀ 'ਚ ਵਾਢੀ ਕਰਨੀ ਹੈ ਜਾ ਕੇ ਅਤੇ ਸਿਆਲ ਦੇ ਵਿੱਚ ਉਹਨਾਂ ਨੇ ਕਣਕਾਂ ਲਾਉਣੀਆਂ ਨੇ ਪਾਣੀ ਦੇਣੇ, ਉਹਨਾਂ ਨੂੰ ਕੀ ਫਰਕ ਪੈਂਦਾ ਗਰਮੀ ਸਰਦੀ ਦਾ। ਸਿੰਘ ਤਜਰਬੇ ਵਾਲੇ ਸਨ, ਉਹਨਾਂ ਨੂੰ ਭੁੱਖ ਪਿਆਸ ਗਰਮੀ ਸਭ ਰੋਜ਼ ਦਾ ਉਹਨਾਂ ਨੇ ਸਹੇ ਹੋਏ ਸਨ। ਅਬਦਾਲੀ ਦੇ ਬੁੱਲਾਂ 'ਤੇ ਸਿੱਕਰੀ ਜੰਮਣ ਲੱਗ ਪਈ, ਬੁੱਲ 'ਤੇ ਜੀਭਾਂ ਫੇਰਨ ਲੱਗ ਪਿਆ, ਪਾਣੀ ਤੋਂ ਤੰਗ ਆ ਗਿਆ ਅਬਦਾਲੀ। ਜਹਾਨ ਖਾਂ ਉਹਨੂੰ ਲਾਗਿਓ ਗੈਲ, ਜਹਾਨ ਖਾਂ ਜਰਨੈਲ ਉਹਦੇ ਨਾਲ ਸੀ। ਸੋ ਸਿੰਘਨ ਕਰ ਦਿਨੋ ਕੈਲ, ਸਿੰਘਾਂ ਨੇ ਉਹਨੂੰ ਜ਼ਖਮੀ ਕਰ ਦਿੱਤਾ, ਜਹਾਨ ਖਾਂ ਜ਼ਖਮੀ ਹੋ ਗਿਆ। ਗਹਿਲ ਗਾਮ ਲੰਘ ਫਿਰ ਸਿੰਘ ਵੱਲ ਲੜੇ, ਗਹਿਲੇ ਗਾਮ ਗਹਿਲਾ ਪਿੰਡ ਤੱਕ ਜੋ ਬਰਨਾਲੇ ਦੇ ਕੋਲ ਹੈ, ਦੇਖੋ ਸਾਧ ਸਿੰਘ ਜੀ ਕਿੱਥੇ ਲੁਧਿਆਣੇ ਕੋਲੋਂ ਲੜਾਈ ਸ਼ੁਰੂ ਹੋਈ, ਗਹਿਲਾਂ ਤੱਕ ਲੜਾਈ ਗਈ ਹੈ। ਬਹੁਤ ਛੋਟਾ ਇਲਾਕਾ ਨਹੀਂ ਹੈ, ਸਾਰਾ ਦਿਨ ਭੱਜ ਭੱਜ ਕੇ ਸਿੱਖ ਅਤੇ ਬੀਬੀਆਂ ਅਤੇ ਬੱਚੇ ਅਤੇ ਬੁੱਢੇ ਜਾਨਾਂ ਦੇ ਗਏ। ਛੋਟਾ ਵੱਡਾ ਘੱਲੂਘਾਰਾ ਐਵੇਂ ਨਹੀਂ ਕਹਿੰਦੇ ਉਹਨੂੰ। ਉਸ ਘੱਲੂਘਾਰੇ ਦੀ ਦਾਸਤਾਨ ਕਦੀ ਕਦੀ ਯਾਦ ਕਰ ਲਿਆ ਕਰੀਏ ਅਤੇ ਫਿਰ ਸਾਨੂੰ ਪਤਾ ਲੱਗੇ ਵੀ ਅਸੀਂ ਕਿਹਨਾਂ ਕਿਹਨਾਂ ਮੁਸੀਬਤਾਂ 'ਚੋਂ ਲੰਘ ਕੇ ਅੱਜ ਸੰਸਾਰ ਦੇ ਵਿੱਚ ਫੈਲੇ ਹਾਂ। ਕੁੱਲ ਦੁਨੀਆਂ ਦੇ ਵਿੱਚ ਗੁਰੂ ਨਾਨਕ ਦੇ ਝੰਡੇ ਝੂਲਦੇ ਨੇ, ਗੁਰੂ ਖਾਲਸੇ ਦੇ ਨਗਾਰੇ ਵੱਜਦੇ ਨੇ। ਇਹ ਉਹਨਾਂ ਸ਼ਹੀਦਾਂ ਸਿੰਘਾਂ ਦੀ ਬਰਕਤ ਹੈ। ਜ਼ੋਰ ਰਹੋ ਲਾਏ ਅੱਗੇ ਨਾ ਟਲੇ, ਸਿੰਘਾਂ ਦੇ ਉੱਤੇ ਅਬਦਾਲੀ ਨੇ ਜ਼ੋਰ ਲਾਇਆ ਪਰ ਸਿੰਘ ਲੜਨ ਤੋਂ ਪਿੱਛੇ ਨਹੀਂ ਹਟੇ। ਬਹੀਰ ਬਚਿਓ ਸੋਲੀ ਨੇ ਸਾਂਭ, ਜਿਹੜੀ ਬਹੀਰ ਬਚੀ ਸੀ ਜਿੰਨੇ ਕੁ ਬਚੇ ਸਨ ਉਹ ਗਹਿਲਾ ਪਿੰਡ ਦੇ ਕੋਲ ਜਾ ਕੇ ਖਾਲਸੇ ਨੇ ਸਾਂਭ ਲਏ। ਲੱਗ ਤੋਰੇ ਸਿੰਘ ਦੋਨੋਂ ਲਾਭ, ਦੋਵੇਂ ਪਾਸੇ ਬਹੀਰ ਦੇ ਸਿੰਘਾਂ ਦੇ ਜਥੇ ਪਹੁੰਚ ਗਏ। ਸਿੰਘਾਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਅਬਦਾਲੀ ਦੀ ਬੱਸ ਹੋ ਗਈ ਹੈ, ਹੁਣ ਅਬਦਾਲੀ 10-20 ਮਿੰਟ ਵਿੱਚ ਭੱਜ ਜਾਏਗਾ। ਜਿਮਕਾ ਕੁੱਕੜੀ ਬੱਚਿਆਂ ਨੂੰ ਛੁਪਾਵੇ, ਜਿਵੇਂ ਕੁੱਕੜੀ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਛੁਪਾ ਲੈਂਦੀ ਹੈ, ਇੱਦਾਂ ਖਾਲਸਾ ਪੰਥ ਖਾਲਸਾ ਆਪਣੇ ਬੱਚਿਆਂ ਨੂੰ ਬੀਬੀਆਂ ਨੂੰ ਬੁੱਢਿਆਂ ਨੂੰ ਆਪਣੇ ਖੰਭਾਂ ਥੱਲੇ ਛੁਪਾ ਕੇ ਲੜ ਰਿਹਾ ਸੀ। ਫੈਲਾਏ ਪੰਖ ਦੋਵੇਂ ਤਰਫ ਰਖਾਵੇ, ਦੋਵੇਂ ਪਾਸੇ ਖੰਭ ਫੁਲਾ ਲੈਂਦੀ ਕੁੱਕੜੀ ਵੀ ਮੇਰੇ ਬੱਚਿਆਂ ਦਾ, ਮੇਰੇ ਆਂਡਿਆਂ ਦਾ, ਮੇਰੇ ਬੱਚਿਆਂ ਦਾ ਨੁਕਸਾਨ ਨਾ ਹੋਵੇ। ਇੱਦਾਂ ਖਾਲਸਾ ਜੀ, ਬਾਬਾ ਜੱਸਾ ਸਿੰਘ ਜੀ, ਬਾਬਾ ਚੜ੍ਹਤ ਸਿੰਘ ਜੀ, ਦੋਵੇਂ ਪਾਸੇ ਸ਼ਾਮ ਸਿੰਘ ਜੀ ਅਤੇ ਹੋਰ ਸਾਰੇ ਸਰਦਾਰ ਪੰਥ ਖਾਲਸੇ ਦੀ ਬਹੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਮ ਖਾਲਸੇ ਨੇ ਬਹੀਰ ਛਪਾਇਓ, ਇਸ ਤਰ੍ਹਾਂ ਖਾਲਸੇ ਨੇ ਗਹਿਲਾਂ ਤੱਕ ਬਹੀਰ ਨੂੰ ਪਹੁੰਚਾਇਆ। ਭਾਵੇਂ ਬਹੁਤ ਨੁਕਸਾਨ ਹੋਇਆ, ਬਹੁਤ ਜ਼ਿਆਦਾ ਸਿੰਘ ਮਾਰੇ ਗਏ। ਜੋ ਬਚ ਰਹੇ ਸੋ ਅੱਗੇ ਲਗਾਇਓ, ਜਿਹੜੇ ਬਚੇ ਖੁਚੇ ਸਨ ਉਹਨਾਂ ਨੂੰ ਅੱਗੇ ਲੈ ਕੇ ਤੁਰੇ। ਪਰ ਫਿਰ ਵੀ 30,000 ਸਿੱਖ ਉਸ ਲੜਾਈ 'ਚ ਸ਼ਹੀਦ ਹੋਏ। 10,000 ਅਹਿਮਦ ਸ਼ਾਹ ਅਬਦਾਲੀ ਦਾ ਪਠਾਨ ਵੀ ਮਰਿਆ, 10,000 ਗੱਭਰੂ ਸਿੱਖ ਸ਼ਹੀਦ ਹੋਏ ਲੜਾਕੀ ਫੌਜ ਦੇ। ਜਿੰਨੇ ਕੁ ਲੜਾਕੇ ਸਿੰਘ ਸ਼ਹੀਦ ਹੋਏ ਉਹਨੇ ਕੁ ਅਬਦਾਲੀ ਦੇ ਬਿੰਦੇ ਵੀ ਉਹਨਾਂ ਨੇ ਮਾਰ ਦਿੱਤੇ।
ਪਰ ਘਾਟਾ ਜੋ ਪਿਆ ਉਹ ਪਿਆ ਸਿੱਖਾਂ ਦਾ, ਪਰਿਵਾਰਾਂ ਦਾ, ਬੀਬੀਆਂ ਦਾ, ਬੱਚਿਆਂ ਦਾ, ਕਈਆਂ ਦੇ ਤਾਂ ਸਾਰੇ ਹੀ ਪਰਿਵਾਰ ਹੀ ਖਤਮ ਹੋ ਗਏ। ਜੇ ਕਿਸੇ ਮਾਂ ਦੇ ਚਾਰ ਬੱਚੇ ਨਾਲ ਸਨ ਤਾਂ ਚਾਰੇ ਹੀ ਮਾਰੇ ਗਏ। ਜੇ ਕਿਸੇ ਦਾ ਪਰਿਵਾਰ ਸੀ, ਸੱਸਾਂ, ਨੂੰਹਾਂ, ਧੀਆਂ, ਭੈਣਾਂ ਸਭ ਮਾਰੀਆਂ ਗਈਆਂ, ਉਸ ਨੂੰ ਕਹਿੰਦੇ ਆ ਵੱਡਾ ਘੱਲੂ ਘਾਰਾ।